ਗੁਰਮੁਖ ਪਿਆਰਿਓ, ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ। ਸਤਿਗੁਰੂ ਮੇਰਾ ਕਰਨ ਫਤਿਹ ਬੁਲਾਓ, ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਅਤੇ ਕਮੈਂਟ ਵੀ ਕਰਿਓ। ਸੰਗਤ ਜੀ, ਫਤਿਹ ਬੁਲਾਓ ਫਤਿਹ ਤੋਂ ਉਪਰੰਤ ਆਪਾਂ ਆਰੰਭਤਾ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੂਸੇਵਾਲਾ ਵੀਰ ਦੁਬਾਰਾ ਜਨਮ ਲਏਗਾ ਅਤੇ ਕੁਝ ਸੰਗਤ ਦੇ ਬੋਲ ਨੇ ਅਤੇ ਮੈਂ ਕੁਝ ਬੇਨਤੀਆਂ ਇਸ ਪ੍ਰਤੀ ਸਾਂਝੀਆਂ ਕਰਨੀਆਂ ਚਾਹੁੰਦਾ। ਤੁਸੀਂ ਕਈ ਵਾਰੀ ਫਿਲਮਾਂ ਦੇ ਵਿੱਚ, ਨਾਟਕਾਂ ਦੇ ਵਿੱਚ ਵੇਖਿਆ ਹੋਊਗਾ ਕਿ ਇੱਕ ਬੰਦੇ ਦੀ ਮੌਤ ਹੋ ਜਾਂਦੀ ਹੈ ਅਤੇ ਉਹ ਦੁਬਾਰਾ ਜਨਮ ਲੈ ਲੈਂਦਾ। ਅਕਸਰ ਕਈ ਇਹੋ ਜਿਹੀਆਂ ਫਿਲਮਾਂ ਦੇ ਵਿੱਚ ਵੀ ਤੁਸੀਂ ਇਹੋ ਜਿਹੇ ਕਿਰਦਾਰ ਵੇਖੇ ਹੋਣਗੇ ਕਿ ਬੰਦਾ ਦੁਬਾਰਾ ਜਨਮ ਲੈ ਕੇ ਆ ਜਾਂਦਾ। ਪਰ ਨਾਟਕਾਂ ਦੇ ਵਿੱਚ ਵੀ ਵੇਖਿਆ ਹੋਊਗਾ, ਪਰ ਰੀਅਲ ਜ਼ਿੰਦਗੀ ਦੇ ਵਿੱਚ ਤੁਸੀਂ ਸ਼ਾਇਦ ਹੀ ਕਦੇ ਵੇਖਿਆ ਹੋਵੇ, ਪਰ ਮੈਂ ਵੇਖਿਆ ਏ ਕਈ ਵਾਰੀ ਹੋਇਆ। ਰਾਜਸਥਾਨ ਦੇ ਵਿੱਚ ਇੱਕ ਕੇਸ ਹੋਇਆ ਸੀ, ਪੰਜਾਬ ਦੇ ਵਿੱਚ ਹੋਇਆ ਸੀ, ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਕ ਕੇਸ ਹੋਇਆ ਸੀ 1996-97 ਦੇ ਵਿੱਚ। ਉਸ ਵੇਲੇ ਇੱਕ ਮੁੰਡਾ ਜਿਹੜਾ ਸੀ ਮਾਰਿਆ ਗਿਆ ਸੀ, ਤੜਕੀ ਤੜਕੇ ਆਪਣੇ ਖੇਤ ਦੇ ਵਿੱਚ ਕਰਾਹ ਲਾਉਂਦਾ ਟਰੈਕਟਰ ਤੋਂ ਡਿੱਗ ਪਿਆ, ਟਾਇਰਾਂ ਥੱਲੇ ਆ ਗਿਆ ਅਤੇ ਕਰਾਹ ਉੱਤੋਂ ਦੀ ਚੜ੍ਹ ਗਿਆ ਅਤੇ ਉਹਦਾ ਸਰੀਰ ਦੋ ਟੁਕੜਿਆਂ ਵਿੱਚ ਵੰਡਿਆ ਗਿਆ ਸੀ ਅਤੇ ਉਹ ਮੁੰਡਾ ਮਰ ਗਿਆ ਸੀ। ਅਤੇ ਠੀਕ ਐਨ ਕੁਝ ਘੰਟਿਆਂ ਬਾਅਦ ਨਾਲ ਦੇ ਪਿੰਡ ਵਿੱਚ ਇੱਕ ਮੁੰਡੇ ਦਾ ਜਨਮ ਹੁੰਦਾ ਅਤੇ ਸੇਮ ਟੂ ਸੇਮ ਉਹ ਇੱਕ ਯਾਦਦਾਸ਼ਤ ਲੈ ਕੇ ਪੈਦਾ ਹੁੰਦਾ ਅਤੇ ਉਹ ਸ਼ੁਰੂ ਤੋਂ ਜਦੋਂ ਬੋਲਣਾ ਸ਼ੁਰੂ ਕੀਤਾ 2-2.5 ਸਾਲ ਦਾ, ਅਤੇ ਉਹ ਮੁੰਡਾ ਆਪਣਾ ਵਾਕਿਆਤ ਪਿਛਲਾ ਜਨਮ ਦਾ ਦੱਸ ਰਿਹਾ ਸੀ ਕਿ ਮੇਰਾ ਪਿੰਡ ਇਹ ਨਹੀਂ ਉਹ ਹੈ। ਖੈਰ, ਮੈਂ ਇਹ ਗੱਲ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਹੈ, ਜਿਸ ਤਰ੍ਹਾਂ ਉਹ ਮੁੰਡਾ ਸ਼ੁਭਦੀਪ ਜੀ ਨੇ ਆਪਣਾ ਨਾਮ ਕਮਾਇਆ, ਬੜੀ ਛੋਟੀ ਉਮਰ ਦੇ ਵਿੱਚ ਐਜੂਕੇਸ਼ਨ ਪੂਰੀ ਕਰਕੇ ਕੈਨੇਡਾ ਦੇ ਵਿੱਚ ਵੀ ਗਿਆ, ਉੱਥੇ ਵੀ ਨਾਮ ਕਮਾਇਆ, ਮਿਹਨਤ ਕੀਤੀ, ਗਾਇਕੀ ਦੇ ਖੇਤਰ ਵਿੱਚ ਆਇਆ, ਆਪਣਾ ਨਾਮ ਕਮਾਇਆ ਅਤੇ ਫਿਰ ਬਾਅਦ ਵਿੱਚ ਵਾਪਸ ਆਇਆ ਉਸ ਤੋਂ ਬਾਅਦ ਵਿੱਚ, ਅਤੇ ਪੰਜਾਬ ਵਿੱਚ ਆ ਕੇ ਦੁਬਾਰਾ ਉਹਨੇ ਜਾਣ ਦੀ ਹਿਮਾਕਤ ਨਹੀਂ ਕੀਤੀ, ਉਹ ਗਿਆ ਹੀ ਨਹੀਂ ਦੁਬਾਰੇ, ਬਾਹਰ ਜਾਣ ਬਾਰੇ ਸੋਚਿਆ ਹੀ ਨਹੀਂ। ਖੈਰ, ਉਸ ਤੋਂ ਬਾਅਦ ਮੈਂ ਇੱਕ ਗੱਲ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਜਿਸ ਤਰ੍ਹਾਂ ਉਹਨੇ ਨਾਮ ਕਮਾਇਆ ਨਾ, ਉਹਨੇ ਤਰੱਕੀ ਕੀਤੀ, ਪਰ ਕੁਝ ਲੋਕਾਂ ਤੋਂ ਉਹਦੀ ਤਰੱਕੀ ਜਰੀ ਨਹੀਂ ਗਈ। ਜਿਉਂਦੇ ਜੀ ਭਾਵੇਂ ਕੁਝ ਲੋਕਾਂ ਨੇ ਉਹਨੂੰ ਗਾਲਾਂ ਕੱਢੀਆਂ ਹੋਣ, ਜਿਉਂਦੇ ਜੀ ਉਹਨਾਂ ਲੋਕਾਂ ਨੇ ਕੁਝ ਤੰਜ ਕਸੇ ਹੋਣ, ਪਰ ਇੱਕ ਬੇਨਤੀ ਮੈਂ ਕਰਨੀ ਚਾਹੁੰਦਾ ਇੱਥੇ ਸਾਫ਼ ਸਾਫ਼ ਕਿ ਉਸ ਬੰਦੇ ਨੇ ਆਪਣਾ ਸਟੈਂਡ ਨਹੀਂ ਛੱਡਿਆ, ਉਸ ਬੰਦੇ ਨੇ ਆਪਣੀ ਦੁਨੀਆਦਾਰੀ ਦੇ ਵਿੱਚੋਂ ਆਪਣੀ ਪਹਿਚਾਣ ਨਹੀਂ ਗਵਾਈ, ਅਤੇ ਉਸ ਬੰਦੇ ਨੇ ਆਪਣੇ ਮਾਂ ਬਾਪ ਨੂੰ ਨਹੀਂ ਛੱਡਿਆ ਅਤੇ ਆਪਣੇ ਪਿੰਡ ਨੂੰ ਨਹੀਂ ਛੱਡਿਆ, ਆਪਣੇ ਲੋਕਾਂ ਨੂੰ ਨਹੀਂ ਛੱਡਿਆ। ਪਰ ਸ਼ਾਇਦ ਕੁਝ ਲੋਕਾਂ ਨੇ ਇਸੇ ਗੱਲ ਦਾ ਫਾਇਦਾ ਉਠਾ ਲਿਆ, ਜਿਵੇਂ ਉਹਦੇ ਮਾਂ ਬਾਪ ਕਹਿੰਦੇ ਸੀ ਤੂੰ ਬਾਹਰ ਚੱਲਿਆ ਜਾ, ਤੇਰੀ ਜਾਨ ਨੂੰ ਖਤਰਾ, ਪਰ ਉਹ ਗਿਆ ਨਹੀਂ। ਜੇ ਅੱਜ ਸ਼ਾਇਦ ਉਹ ਬਾਹਰ ਹੁੰਦਾ ਅਤੇ ਜਿਉਂਦਾ ਹੁੰਦਾ, ਪਰ ਅੱਜ ਉਹ ਸਾਡੇ ਵਿੱਚ ਨਹੀਂ ਰਿਹਾ। ਜਿੰਨੀ ਵੀ ਸੰਗਤ ਉਹਦੇ ਅੰਤਿਮ ਅਰਦਾਸ ਦੇ ਵਿੱਚ ਆ ਕੇ ਸ਼ਾਮਲ ਹੋਈ ਸੀ ਨਾ, ਬੜਾ ਅਫਸੋਸ ਜ਼ਾਹਰ ਕੀਤਾ ਸਾਰੀ ਸੰਗਤ ਨੇ। ਇੱਕ ਬਜ਼ੁਰਗ ਆਇਆ ਸੀ ਜਿਹੜਾ ਕੁਝ ਅਜਿਹੀਆਂ ਗੱਲਾਂ ਕਹਿ ਗਿਆ ਜਿਨ੍ਹਾਂ ਨੂੰ ਸੋਚਣ 'ਤੇ ਬੰਦਾ ਮਜਬੂਰ ਹੋ ਜਾਂਦਾ। ਸੰਗਤ ਜੀ, ਪੂਰਾ ਬੰਦਾ ਮਜਬੂਰ ਹੁੰਦਾ। ਉਹਦਾ ਕਹਿਣਾ ਸੀ ਕਿ ਬੜੇ ਇਹੋ ਜਿਹੇ ਕੇਸ ਦੇਖੇ ਨੇ ਮੈਂ ਦੁਨੀਆ 'ਤੇ, ਮੇਰੀ ਆਪਣੀ, ਉਹਨੇ ਆਪਣੀ ਜ਼ਿੰਦਗੀ ਦਾ ਤਜ਼ਰਬਾ ਦੱਸਿਆ, ਉਹਨੇ ਆਪਣੇ ਨਾਲ ਹੋਈ ਕਰਾਮਾਤ ਦੱਸੀ। ਕਹਿੰਦਾ ਮੇਰੇ ਕੋਲ ਔਲਾਦ ਨਹੀਂ ਸੀ, ਮੇਰੀ ਉਮਰ 65 ਸਾਲਾਂ ਦੀ ਹੋ ਚੁੱਕੀ ਹੈ ਅਤੇ 8-9 ਮਹੀਨੇ ਪਹਿਲਾਂ ਮੇਰੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ। ਐਡੀ ਵੱਡੀ ਉਮਰ ਅਤੇ ਪਰਮਾਤਮਾ ਨੇ ਇੰਨੀ ਲੇਟ ਬਖਸ਼ਿਸ਼ ਦਿੱਤੀ। ਅਤੇ ਇੱਕ ਗੱਲ ਕਹੀ ਹੈ ਉਹਨੇ, ਕਹਿੰਦਾ ਸਿੱਧੂ ਦੁਬਾਰਾ ਜਨਮ ਲਏਗਾ,
ਸ਼ੁਭਦੀਪ ਇਹਨਾਂ ਦੇ ਘਰ ਦੇ ਵਿੱਚ ਉਹੀ ਰੂਪ ਬਣਾ ਕੇ ਦੁਬਾਰਾ ਜਨਮ ਲਏਗਾ। ਪਰ ਇੱਕ ਗੱਲ ਹੈ ਨਾ ਜਿਹੜੀ, ਉਹ ਇਹ ਹੈ ਕਿ ਇਹਦੇ ਵਿੱਚ ਇੱਕ ਕਰਾਮਾਤ ਪਰਮਾਤਮਾ ਦੀ ਵਰਤ ਸਕਦੀ ਹੈ, ਕਿਉਂਕਿ ਰੱਬ ਨੇ ਧੱਕਾ ਕੀਤਾ ਹੈ। ਇਹ ਕੁਝ ਲੋਕਾਂ ਦਾ ਮੰਨਣਾ ਹੈ, ਕਹਿੰਦੇ ਰੱਬ ਨੇ ਧੱਕਾ ਕੀਤਾ। ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹੁੰਦਾ ਕਿ ਵਜ਼ੀਦਾ ਕੌਣ ਆਖੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ, ਉਹਨੂੰ ਕਿਹੜਾ ਸਮਝਾ ਸਕਦਾ ਭਾਈ ਵੀ ਐਵੇਂ ਨਹੀਂ ਕਰਨਾ, ਐਂ ਕਰਨਾ ਹੈ। ਉਹਨੇ ਆਪਣੀ ਮਰਜ਼ੀ ਚਲਾਉਣੀ ਹੈ, ਨਾ ਹੀ ਕਿਸੇ ਦਾ ਕਹਿਣਾ ਮੰਨਣਾ ਅਤੇ ਨਾ ਹੀ ਅੱਜ ਤੱਕ ਮੰਨਿਆ ਅਤੇ ਨਾ ਹੀ ਉਹ ਮੰਨੂਗਾ। ਉਹ ਆਪਣੀ ਮਰਜ਼ੀ ਦਾ ਮਾਲਕ ਹੈ, ਆਪਣੀ ਮਰਜ਼ੀ ਨਾਲ ਕਰਦਾ ਉਹ ਸਾਰੇ ਕਾਰਜ। ਮੂਸੇ ਵਾਲਾ ਚਲਿਆ ਗਿਆ, ਉਹਦੀ ਹੱਤਿਆ ਕਰ ਦਿੱਤੀ ਗੋਲੀਆਂ ਮਾਰ ਕੇ। ਇੱਕ ਬਹੁਤ ਭਾਵੁਕ ਕਰ ਦੇਣ ਵਾਲਾ ਵਿਸ਼ਾ ਇਹ, ਬਹੁਤ ਜ਼ਿਆਦਾ ਭਾਵੁਕ ਕਰ ਦੇਣ ਵਾਲਾ ਵਿਸ਼ਾ ਇਹ, ਬਹੁਤ ਜ਼ਿਆਦਾ ਅੰਦਰੋਂ ਝੰਜੋੜਨ ਵਾਲਾ ਵਿਸ਼ਾ ਇਹ, ਬਹੁਤ ਜ਼ਿਆਦਾ ਬੰਦੇ ਨੂੰ ਕਮਜ਼ੋਰ ਕਰਨ ਵਾਲਾ ਵਿਸ਼ਾ ਇਹ। ਪਰ ਉਹਦਾ ਦੁਬਾਰਾ ਜਨਮ ਹੋ ਸਕਦਾ ਪਰਮਾਤਮਾ ਦਾ, ਕੋਈ ਪਤਾ ਨਹੀਂ ਕਿਹਦੇ ਵਿੱਚੋਂ ਆ ਕੇ ਬਾਤ ਕਹਾ ਦੇ। ਸਾਰੀ ਸੰਗਤ ਨੇ ਇੱਕੋ ਗੱਲ ਕਹੀ ਹੈ ਉਹਦੇ ਭੋਗ ਦੇ ਉੱਪਰ, ਜਿੰਨੀ ਸੰਗਤ ਇਕੱਤਰਿਤ ਹੋਈ ਸੀ ਸਾਰਿਆਂ ਦਾ ਕਹਿਣਾ ਸੀ ਕਿ ਉਹ ਦੁਬਾਰਾ ਆਊਗਾ। ਅਤੇ ਪਰਮਾਤਮਾ ਇਹ ਨਹੀਂ ਪਤਾ ਹੁੰਦਾ ਕਿ ਸੰਗਤ ਦੇ ਵਿੱਚੋਂ ਕਹਾ ਦੇਵੇ, ਕਿਉਂਕਿ ਸੰਗਤ ਦੇ ਬੋਲ ਰੱਬ ਦੇ ਬੋਲ ਹੁੰਦੇ ਨੇ। ਪਰਮਾਤਮਾ ਬਾਣੀ ਵਿੱਚੋਂ ਕਹਿੰਦੇ ਨਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਅਤੇ ਪਰਮਾਤਮਾ ਜੇ ਸੰਗਤ ਨੂੰ ਰੱਬ ਕਹਿੰਦੇ ਨੇ ਤਾਂ ਸਮਝ ਲਓ ਪਰ ਰੱਬ ਨੇ ਇਹ ਗੱਲ ਕਹਿ ਦਿੱਤੀ ਹੈ। ਅਤੇ ਜੇ ਕਹਿ ਹੀ ਦਿੱਤਾ ਇਹ, ਕਹਾ ਹੀ ਦਿੱਤਾ ਹੈ, ਅਤੇ ਹੁਣ ਯਾਦ ਰੱਖਿਓ ਫਿਰ ਦੁਬਾਰਾ ਜਨਮ ਵੀ ਹੋ ਸਕਦਾ। ਅਤੇ ਉਸ ਬੁੱਢੇ ਮਾਂ ਬਾਪ ਨੂੰ ਉਹਨਾਂ ਦੀ ਡੰਗੋਰੀ ਉਹਨਾਂ ਦਾ ਸਹਾਰਾ ਬਣ ਕੇ ਇੱਕ ਪੁੱਤਰ ਜਨਮ ਜ਼ਰੂਰ ਲਏਗਾ। ਇਸ ਗੱਲ ਨੂੰ ਭਾਵੇਂ ਕੋਈ ਕਿਸੇ ਵੀ ਤਰੀਕੇ ਨਾਲ ਸੋਚੇ, ਇਸ ਗੱਲ ਨੂੰ ਭਾਵੇਂ ਕੋਈ ਕਿਹੋ ਜਿਹੇ ਤਰੀਕੇ ਦੇ ਨਾਲ ਟਾਰਗੇਟ ਕਰੇ, ਪਰ ਮੈਂ ਕਹਿੰਦਾ ਵੀ ਜੇ ਪਰਮਾਤਮਾ ਨੇ ਕਹਾ ਹੀ ਦਿੱਤਾ ਨਾ ਸੰਗਤ ਤੋਂ, ਅਤੇ ਇਹ ਬੋਲ ਹੁਣ ਸੱਚ ਹੋਣਗੇ, ਫਿਰ ਬਿਲਕੁਲ ਸੱਚ ਹੋਣਗੇ। ਇਹ ਬੋਲਾਂ ਦੇ ਵਿੱਚ ਸੱਚਾਈ ਹੈ, ਇਹ ਬੋਲਾਂ ਦੇ ਵਿੱਚ ਬਿਲਕੁਲ ਨਿਆਰਾਪਣ ਹੈ, ਇਹ ਬੋਲ ਸੱਚ ਹੋ ਕੇ ਰਹਿਣਗੇ, ਇਹ ਬੋਲ ਬਿਲਕੁਲ ਹੋਣਗੇ। ਹੁਣ ਮੂਸੇ ਵਾਲਾ ਦੁਬਾਰਾ ਜਨਮ ਲੈ ਸਕਦਾ, ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ। ਆਪਾਂ ਅਕਸਰ ਹੀ ਕਹਿੰਦੇ ਹਾਂ ਨਾ ਕਿ ਰੱਬ ਦੇ ਘਰ ਦੇ ਵਿੱਚ ਘਾਟ ਨਹੀਂ ਹੈ ਕੋਈ, ਰੱਬ ਤੇ ਮਰਜ਼ੀ ਦਾ, ਫਿਰ ਉਹ ਮਰਜ਼ੀ ਦਾ ਮਾਲਕ ਹੈ, ਨਾ ਹੀ ਉਹਦੇ ਕੋਲ ਘਾਟ ਹੈ। ਜੇ ਉਹਨੇ ਚਾਹਿਆ ਤਾਂ ਸਿੱਧੂ ਨੂੰ ਦੁਬਾਰਾ ਭੇਜ ਸਕਦਾ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਪ੍ਰਭਾਵ ਹੈ ਮੈਨੂੰ ਸਾਸ ਤੇ ਰੱਖ ਹੈ, ਜੇ ਪਰਮਾਤਮਾ ਚਾਹੁਣ ਤਾਂ ਇੱਕ ਬੰਦੇ ਨੂੰ ਬਿਨਾਂ ਸਵਾਸਾਂ ਤੋਂ ਵੀ ਜਿਉਂਦਾ ਰੱਖ ਸਕਦੇ ਨੇ। ਅਤੇ ਕਈ ਵਾਰ ਇਹੋ ਜਿਹੇ ਕੇਸ ਮੈਂ ਵੇਖੇ ਨੇ ਜਿਨ੍ਹਾਂ ਬੰਦਿਆਂ ਦੇ ਸਰੀਰ ਦੇ ਵਿੱਚ ਧੁਰੋਂ ਹੀ ਕੋਈ ਅੰਗ ਨਹੀਂ ਨੇ, ਕਈ ਅੰਦਰਲੇ ਪਾਰਟਸ ਜਿਹੜੇ ਨੇ ਨਾ ਉਹ ਘੱਟ ਨੇ। ਇੱਕ ਕੇਸ ਮੈਂ ਅਜਿਹਾ ਦੇਖਿਆ ਜਿਹੜੇ ਬੰਦੇ ਦਾ ਦਿਲ ਨਾ ਮਾਤਰੀ ਸੀ, ਛੋਟਾ ਜਿਹਾ ਦਿਲ, ਛੋਟਾ ਜਿਹਾ ਦਿਲ ਉਸ ਬੰਦੇ ਦਾ। ਡਾਕਟਰ ਵੀ ਹੈਰਾਨ ਸੀ ਵੀ ਇਹ ਬੰਦਾ ਜੀ ਕਿਵੇਂ ਰਿਹਾ। ਡਾਕਟਰ ਅੱਧੇ ਰੱਬ ਨੇ, ਪਰ ਪੂਰਾ ਰੱਬ ਉਹ ਪਰਮਾਤਮਾ ਉੱਪਰ ਵਾਲਾ, ਨੀਲੀ ਛੱਤ ਵਾਲਾ, ਜਿਹੜਿਆਂ ਕਰਾਮਾਤਾਂ 'ਤੇ ਕਰਦਾ, ਖੇਡਾਂ 'ਤੇ ਖੇਡਦਾ, ਪਰ ਉਸ ਖੇਡਾਂ ਤੋਂ ਇਨਸਾਨ ਨੂੰ ਜਾਣੂ ਨਹੀਂ ਹੋਣ ਦਿੰਦਾ। ਹੋ ਸਕਦਾ ਜੇ ਮੂਸੇ ਵਾਲੇ ਦੀ, ਉਸ ਨੌਜਵਾਨ ਦੀ ਮੌਤ ਹੋਈ ਹੈ ਅਤੇ ਉਹਦੇ ਪਰਿਵਾਰ ਨੂੰ ਕੁਝ ਹੋਰ ਸੋਚ ਰੱਖਿਆ ਹੋਵੇ, ਉਹਨੇ ਪਰਿਵਾਰ ਦੇ ਲਈ ਕੁਝ ਹੋਰ ਦੇਣਾ ਹੋਵੇ, ਅਤੇ ਇਸ ਕਰਕੇ ਉਹਦੀ ਮੁੰਡੇ ਦੀ, ਨੌਜਵਾਨ ਦੀ ਮੌਤ ਹੋਈ ਹੈ ਅਤੇ ਕੁਝ ਵਿੱਧ ਬਣੀ ਹੈ। ਅਤੇ ਮੈਂ ਕਹਿੰਦਾ ਚਲੋ ਜਿਹੜੀ ਘਟਨਾ ਵਾਪਰੀ ਹੈ ਉਹ ਨਿੰਦਣ ਯੋਗ ਹੈ, ਪਰ ਇਹ ਪਰਮਾਤਮਾ ਨੇ ਜੇ ਕੀਤਾ ਹੈ ਨਾ, ਤਾਂ ਜ਼ਰੂਰ ਇਹਦੇ ਵਿੱਚ ਕੁਝ ਨਾ ਕੁਝ ਲੌਜਿਕ ਹੈ ਜੋ ਪਰਮਾਤਮਾ ਨੇ ਸੋਚਿਆ ਹੋਇਆ, ਜਿਹਦੇ ਵਿੱਚ ਉਹ ਜ਼ਰੂਰ ਕੁਛ ਨਾ ਕੁਛ ਕਰੇਗਾ, ਉਹ ਰੱਬ ਕਰੇਗਾ, ਉਹ ਪਰਮਾਤਮਾ ਕਰੇਗਾ। ਆਪਾਂ ਕਹਿੰਦੇ ਹਾਂ ਨਾ ਵੀ ਪਰਮਾਤਮਾ ਨੇ ਜੋ ਕੀਤਾ ਮਾੜਾ ਕੀਤਾ, ਉਹਨੇ ਮਾੜਾ ਨਹੀਂ ਕੀਤਾ, ਹੋ ਸਕਦਾ ਆਉਣ ਵਾਲੇ ਸਮੇਂ ਦੇ ਲਈ ਉਹਨੇ ਚੰਗਾ ਕੀਤਾ ਹੋਵੇ, ਕੁਝ ਚੰਗਾ ਕਰ ਰਿਹਾ ਹੋਵੇ।
ਇਹ ਚੀਜ਼ਾਂ ਹੁੰਦੀਆਂ ਨੇ ਕੁਝ ਸੋਚਣ ਵਾਲੀਆਂ। ਇਸ ਕਰਕੇ ਆਪਾਂ ਨੂੰ ਨਹੀਂ ਪਤਾ ਜੇ ਦੁਬਾਰਾ ਕਹੀ ਦਿੱਤਾ ਨਾ ਸੰਗਤ ਨੇ ਦੁਬਾਰਾ ਜਨਮ ਲਏਗਾ, ਹੋ ਸਕਦਾ ਉਸੇ ਮਾਂ ਦੇ ਕੁੱਖੋਂ ਦੁਬਾਰਾ ਜਨਮ ਲੈ ਲਏ ਅਤੇ ਮੂਸੇ ਵਾਲਾ ਦੁਬਾਰਾ ਇਸ ਧਰਤੀ 'ਤੇ ਆ ਜਾਏ। ਹਾਲੇ ਤਾਂ ਉਹਦੇ ਮਾਂ ਬਾਪ ਦੀ ਉਮਰ ਬਥੇਰੀ ਪਈ ਹੈ, ਉਹਨਾਂ ਨੂੰ ਬੁਢੇਪੇ ਦਾ ਸਹਾਰਾ ਮਿਲ ਜੂ, ਆਪਣੀ ਜ਼ਿੰਦਗੀ ਦਾ ਸਹਾਰਾ ਮਿਲ ਜੂ। ਮਾਂ ਬਾਪ ਲਈ ਔਲਾਦ ਸਭ ਤੋਂ ਵੱਡਾ ਗਹਿਣਾ ਹੁੰਦੀ ਹੈ, ਪਰ ਅੱਜ ਉਸ ਮਾਂ ਬਾਪ ਦਾ ਇੱਕ ਗਹਿਣਾ ਚੋਰੀ ਹੋ ਗਿਆ। ਅੱਜ ਉਸ ਮਾਂ ਬਾਪ ਦੀ ਇੱਕ ਆਖਰੀ ਉਮੀਦ ਜਿਹੜੀ ਹੈ ਉਹ ਡਿੱਗ ਚੁੱਕੀ ਹੈ। ਆਪਣੀ ਔਲਾਦ ਤੋਂ ਬੜੀਆਂ ਉਮੀਦਾਂ ਹੁੰਦੀਆਂ ਨੇ, ਪਰ ਆਪਣੀ ਔਲਾਦ ਤੋਂ ਅੱਜ ਜਿਹੜੀਆਂ ਉਮੀਦਾਂ ਨੇ ਉਹ ਮਾਰ ਚੁੱਕੇ ਨੇ ਮਾਪੇ। ਸੋ ਪਰਮਾਤਮਾ ਕਰੇ ਇਹ ਬੋਲ ਸੱਚੇ ਹੋ ਜਾਣ, ਉਹ ਮਾਂ ਬਾਪ ਨੂੰ ਇੱਕ ਸਹਾਰਾ ਮਿਲ ਜੇ ਜਿਉਣ ਦਾ, ਸਤਿਗੁਰਾਂ ਦੀ ਕਿਰਪਾ ਵਰਤ ਜੇ। ਸੰਗਤ ਤੋਂ ਕਹਾ ਹੀ ਦਿੱਤਾ ਮੇਰੇ ਪਾਤਸ਼ਾਹ ਜਾਂ ਚਮਤਕਾਰ ਕਰ ਦੇਣ, ਸਾਰੇ ਅਰਦਾਸ ਕਰਿਓ। ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਜੀ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।